ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਜਿੱਦਾਂ ਕਿ ਲਾਸਟ ਵਲੌਗ ਤੁਸੀਂ ਦੇਖਿਆ ਸੀ ਕਿ ਆਪਾਂ ਕੰਮ ਸ਼ੁਰੂ ਕੀਤਾ ਸੀਗਾ ਆਪਣੇ ਸਵਰਾਜ 855 ਤੇ ਮੌਕੇ ਤੇ ਰਾਤ ਤੇ ਕੰਮ ਇਹਦੇ ਕੋਈ ਖਾਸ ਹੋਇਆ ਨਹੀਂ। ਆ ਦੇਖੋ ਉਦਾਂ ਹੀ ਪਿਆ ਹੋਇਆ ਸਮਾਨ ਸਾਰਾ, ਉੱਥੇ ਹੀ ਛੱਡ ਕੇ ਉਵੇਂ ਹੀ ਸੌਂ ਗਿਆ ਸੀ ਮੈਂ। ਅੱਜ ਪਲੈਨ ਹੈ ਇਹਦੀ ਵਾਇਰਿੰਗ ਕਰਨ ਦਾ, ਪਰ ਨਾ ਉਹਦੇ ਵਿੱਚ ਇੱਕ ਪ੍ਰੋਬਲਮ ਹੈ, ਜਿਹੜੀ ਆਪਣੀ ਸੋਲਡਰਿੰਗ ਆਇਰਨ ਹੈ ਉਹਨੂੰ ਆਪਾਂ ਯੂਜ਼ ਕਰਨਾ, ਪਰ ਨਾ ਇੱਥੇ ਕੋਈ ਸਟੈਂਡ ਨਹੀਂ ਬਣਿਆ ਹੋਇਆ ਹਜੇ ਇਹਦਾ। ਅਤੇ ਆਹ ਇੱਕ ਵੱਡੀ ਪ੍ਰੋਬਲਮ ਹੈ ਕਿ ਜੇ ਇਹਨੂੰ ਇੱਦਾਂ ਰੱਖ ਦਿੰਦੇ ਹਾਂ ਸਰਮਾਇਕਾ ਸੜ ਜੂਗਾ, ਥੱਲੇ ਰੱਖ ਦਿੰਦੇ ਹਾਂ ਅਤੇ ਉਹ ਸੜ ਜੂਗਾ, ਫੱਟਾ ਜਾਂ ਮੈਟ ਸੜ ਜੂਗਾ, ਅਤੇ ਇੱਦਾਂ ਇਹਨੂੰ ਯੂਜ਼ ਕਰ ਨਹੀਂ ਸਕਦੇ ਕਿਉਂਕਿ 24 ਘੰਟੇ ਹੱਥ 'ਚ ਵੀ ਨਹੀਂ ਫੜ ਸਕਦੇ, ਵਾਰ ਵਾਰ ਇਹਨੂੰ ਟੰਗਣਾ ਪੈਂਦਾ। ਅਤੇ ਇਹਦਾ ਸਟੈਂਡ ਔਡਰ ਤਾਂ ਕੀਤਾ ਹੋਇਆ ਮੈਂ, ਪਰ ਉਹਨੂੰ ਆਉਣ 'ਚ ਟਾਈਮ ਲੱਗਣਾ, ਅਤੇ ਮੈਂ ਸੋਚਣ ਦਿਆਂ ਕਿ ਸ਼ਾਮ ਨੂੰ ਐਲਾਂ ਵਾਜ ਜਾ ਕੇ ਨਾ ਇਹਦਾ ਸਟੈਂਡ ਇੱਕ ਲੈ ਕੇ ਆਵਾਂ ਮੈਂ। ਬਾਕੀ ਵਾਇਰਿੰਗ ਤੋਂ ਇਲਾਵਾ ਹੋਰ ਜਿਹੜਾ ਕੰਮ ਰਹਿ ਗਿਆ ਆਪਾਂ ਉਹ ਕਰ ਲੈਂਦੇ ਹਾਂ। ਗੇਅਰਬੋਕਸ ਦੀ ਫਿਟਿੰਗ ਹੋਣੀ ਆ ਜੇ, ਪਲੱਸ ਫਰੰਟ 'ਤੇ ਹਜੇ ਸਰਵੋ ਵੀ ਨਹੀਂ ਲੱਗੀ, ਇਹਦੇ ਸਰਵੋ ਵੀ ਲਾਉਣੀ ਆ। ਅਤੇ ਬਸ ਮੈਂ ਸਰਵੋ 'ਤੇ ਕੰਮ ਸ਼ੁਰੂ ਕਰਨ ਲੱਗਾ ਸੀ। ਆਹ ਦੇਖੋ ਮਿੰਨੀ ਗਰੈਂਡਰ ਲਿਆਂਦਾ ਹੋਇਆ, ਅਤੇ ਇਹਦੀ ਫਿਟਿੰਗ ਫੁਟਿੰਗ ਇਹਦੀ ਵੀ ਕਰਨੀ ਹੈ। ਵੈਸੇ ਤਾਂ ਅਜੇ ਦੇਖਦੇ ਹਾਂ, ਇੱਥੇ ਕਿਤੇ ਨਟ 'ਤੇ ਟੰਗਣਾ ਹੀ ਪੈਣਾ, ਇੱਕ ਤਾਂ ਨਟ 'ਤੇ ਠੋਕਣਾ ਹੀ ਪੈਣਾ ਇਹਨੂੰ ਟੰਗਣ ਵਾਸਤੇ, ਜਾਂ ਦੇਖਦਾ ਇੱਥੇ ਕਿਤੇ ਥੱਲੇ ਜੇ ਸੈੱਟ ਹੋ ਜੇ ਕਿਤੇ ਨਾ ਕਿਤੇ ਤਾਂ ਰੱਖਾਂਗੇ। ਚਲੋ ਅਤੇ ਆ ਇਹਦਾ ਨਾ ਮਾਊਂਟ ਬਦਲਣਾ, ਇਹਦੀ ਜਗ੍ਹਾ ਕਟਿੰਗ ਵਾਲਾ ਲਾਉਣਾ ਆਪਾਂ, ਕਿਉਂਕਿ ਇਹਦੇ 'ਚ ਕੱਟ ਕਰਨਾ। ਅਤੇ ਸਮਾਨ ਸਾਰਾ ਜਿਹੜਾ ਉੱਤੇ ਪਿਆ ਹੋਇਆ ਇਹਦਾ, ਟੂਲ ਵਗੈਰਾ, ਅਤੇ ਮੈਂ ਸੋਚਣ ਦਿਆ ਸੀ ਕਿ ਉਹ ਸਮਾਨ ਲੈ ਆਈਏ, ਪਲੱਸ ਉੱਤੇ ਜਿਹੜੇ ਆਪਣੇ ਟਰੈਕਟਰ ਪਏ ਹੋਏ ਨੇ ਉਹ ਵੀ ਲੈ ਆਉਂਦੇ ਹਾਂ, ਵੀ ਹੋਲੈਂਡ ਵੀ ਹੈਗਾ, ਹੋਰ ਵੀ ਕਾਫੀ ਸਮਾਨ ਪਿਆ ਹੈ ਉੱਤੇ। ਬਾਕੀ ਚਲੋ ਚੱਲਦੇ ਹਾਂ ਆਪਾਂ, ਨਾਲੇ ਦੇਖਦੇ ਹਾਂ ਉੱਤੇ ਕੀ ਕੀ ਸਮਾਨ ਰਹਿ ਗਿਆ, ਨਾਲੇ ਤੁਹਾਨੂੰ ਵਿਖਾਉਣਾ। ਅਤੇ ਬਾਕੀ ਇੱਧਰ ਤਾਂ ਚੱਲਦਾ ਹੀ ਰਹਿਣਾ ਕੰਮ, ਅੱਜ ਸਵਰਾਜ 'ਤੇ ਦੇਖਦੇ ਹਾਂ ਜਿੰਨਾ ਕੁ ਵੀ ਕੰਮ ਹੋਊਗਾ ਕਰਦੇ ਹਾਂ। ਲਓ ਵੀ ਮੁੰਡਿਓ ਆ ਰਿਹਾ ਆਪਣਾ ਪੁਰਾਣਾ ਸੈਟਅਪ, ਆ ਦੇਖ ਲਓ ਮੌਕੇ 'ਤੇ ਇੰਨਾ ਸਮਾਨ ਇੱਥੇ ਹੈਗਾ ਹਜੇ, ਯਾਨੀ ਕਾਫੀ ਸਮਾਨ ਪਿਆ ਹੈ, ਇੰਨਾ ਘੱਟ ਨਹੀਂ ਗਾ ਸਮਾਨ ਇੱਥੇ। ਕੁਛ ਤਾਂ ਡੱਬੇ ਨੇ, ਇਹ ਲੈ ਕੇ ਜਾਣੇ ਜ਼ਰੂਰੀ। ਬਾਕੀ ਇੱਧਰ ਟਰੈਕਟਰ ਰਿਮੋਟ ਇਹ ਵੀ ਸਾਰਾ ਹੈ, ਆਪਣਾ 9-11 ਸੱਚ ਇਹਨੂੰ ਵੀ 2 ਦਿਨਾਂ ਰੇਡੀ ਕਰਕੇ ਇਹਨੂੰ ਵੀ ਕੁਰੀਅਰ ਕਰਨਾ, ਇਹ ਵੀ ਲੈ ਕੇ ਚੱਲਦੇ ਹਾਂ। ਚਲੋ ਆਹ ਤਾਂ ਥੋੜ੍ਹਾ ਜਿਹਾ ਰੋਕ ਹੀ ਲੈ ਕੇ ਜਾਵਾਂ, ਹਜੇ ਜਗ੍ਹਾ ਬਣਾ ਲਈਏ। ਮੇਨ ਪਹਿਲਾਂ ਮੈਂ ਟੂਲ ਲੱਭ ਲਾਂ ਕਿੱਥੇ ਪਏ ਨੇ, ਅਤੇ ਟੂਲ ਲੈ ਕੇ ਜਾਂਦਾ ਵਾਂ। ਅਤੇ ਬਾਕੀ ਆਹ ਜਿਹੜੇ ਮਾਡਲ ਨੇ ਪੇਂਟ ਕੀਤੇ ਹੋਏ ਇਹ ਵੀ ਪਏ ਨੇ, ਹਜੇ ਇਹਨਾਂ ਦੀ ਜਗ੍ਹਾ ਬਣਾਉਣੀ ਹੈ ਉੱਥੇ, ਹਜੇ ਜਗ੍ਹਾ ਹੀ ਨਹੀਂ ਬਣਾਈ। ਮੈਂ ਚੱਲ ਇੱਕ ਵਾਰੀ ਸਪੇਸ ਬਣਾ ਲਈਏ, ਉਦੋਂ ਬਾਅਦ ਹੀ ਲੈ ਕੇ ਚੱਲਾਂਗੇ। ਬਾਕੀ ਘੁੱਟ ਬਹੁਤ ਆ ਇੱਥੇ, ਅਤੇ ਕੁਛ ਸਮਾਨ ਇੱਦਾਂ ਦਾ ਜਿਹੜਾ ਆਪਾਂ ਇੱਥੇ ਹੀ ਰੱਖਣਾ ਪਰਮਾਨੈਂਟ ਹੀ, ਜਿਵੇਂ ਡੱਬੇ ਡੁੱਬੇ ਨੇ ਨਾ, ਥੱਲੇ ਵੀ ਕਈ ਡੱਬੇ ਇੱਦਾਂ ਦੇ ਹੈਗੇ ਨੇ ਵੀ ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਨਹੀਂ ਪੈਂਦੀ ਆਪਾਂ ਨੂੰ, ਉਹ ਆਪਾਂ ਇੱਥੇ ਰੱਖ ਦਾਂਗੇ। ਠੀਕ ਹੈ, ਡਰੋਰ ਆਪਣੇ ਕੋਲ ਹੈਗੇ ਆ, ਮੇਜ਼ ਆ ਸਾਰੇ ਇੱਦਾਂ ਹੀ ਲੱਗੇ ਰਹਿਣਗੇ ਇੱਥੇ ਹੀ, ਬਸ ਸਮਾਨ ਸਾਰਾ ਇੱਥੇ ਰੱਖ ਦਾਂਗੇ ਫਿਰ। ਠੀਕ ਹੈ, ਟਰਾਲੀ ਵੀ ਹਜੇ ਖੜਨੀ ਹੈ, ਇੱਕ ਟਰਾਲੀ ਆ ਖੜੀ ਹੈ, ਇੱਕ ਟਰਾਲੀ ਮੈਨੂੰ ਲੱਗਦਾ ਬਾਹਰ ਵਾਲੇ ਸੈਟਅਪ 'ਚ ਖੜੀ ਹੈ ਨੀਲੀ, ਬਾਹਰ ਵਾਲਾ ਸੈਟਅਪ 'ਤੇ ਸ਼ਾਮ ਨੂੰ ਹੀ ਦੇਖਾਂਗੇ, ਹੁਣ ਤਾਂ ਹਿੰਮਤ ਹੈ ਨਹੀਂ ਬਾਹਰ ਜਾਣ ਦੀ ਮੇਰੀ, ਇੱਥੇ ਬਹੁਤ ਔਖਾ ਆਇਆ ਮੈਂ, ਬਹੁਤ ਜ਼ਿਆਦਾ ਗਰਮੀ ਹੈ। ਅਜੇ ਤਾਂ ਆਹ ਲੈ ਕੇ ਜਾਣਾ, ਆਹ ਜਿਹੜਾ ਡੱਬਾ ਹੈ ਨਾ ਇਹਦੇ ਵਿੱਚ ਬੜਾ ਸਮਾਨ ਆਪਣਾ ਸਾਰਾ ਚੁਣ ਚੁਣ ਕੇ ਟੂਲ ਟਾਲ ਸਾਰੇ ਅੱਡ ਕਰਨੇ ਨੇ, ਇਹ ਵੀ ਫਰੀ ਟਾਈਮ ਕੱਢ ਕੇ ਕਰਾਂਗੇ ਇਹਦੇ 'ਤੇ ਕੰਮ ਆਪਾਂ। ਮੌਕੇ 'ਤੇ ਹੁਣ ਆਹ ਡੱਬੇ ਲੈ ਚੱਲਦਾ ਮੈਂ, ਅਤੇ ਟੂਲ ਵਗੈਰਾ ਵੇਖ ਲੈਣਾ ਇੱਥੇ ਜਿਹੜਾ ਜਿਹੜਾ ਵੀ ਪਿਆ ਹੈ ਉਹ ਲੈ ਚੱਲਦੇ ਹਾਂ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਕੰਮ ਚੱਲਣ ਦਿਆ ਸੀ ਇੱਧਰ ਆਪਣੇ ਸਵਰਾਜ 'ਤੇ, ਠੀਕ ਹੈ, ਵਾਇਰਿੰਗ ਤਾਂ ਇਹਦੇ 'ਚ ਹੋਈ ਨਹੀਂ ਸੀ, ਅਤੇ ਇਸ ਕਰਕੇ ਆਪਣਾ 9-11 ਜਿਹੜਾ ਇਹਦੇ ਨਾਲ ਕਨੈਕਸ਼ਨ ਕੀਤਾ ਹੋਇਆ ਮੈਂ। ਮੈਂ ਕਿਹਾ ਦੇਖਦੇ ਹਾਂ ਸਰਵੋ ਦੀ ਮੂਵਮੈਂਟ ਕਿੰਨੀ ਕੁ ਹੈ, ਹਨਾ ਹੁਣ ਪਤਾ ਨਹੀਂ ਕੀ ਚੱਕਰ ਹੈ, ਨਵੀਆਂ ਸਰਵੋ ਜਿੰਨੀਆਂ ਵੀ ਆਉਂਦੀਆਂ ਨੇ ਇਹਨਾਂ ਦੀ ਮੂਵਮੈਂਟ ਬਹੁਤ ਘੱਟ ਹੈ, ਅਤੇ ਕੁਛ ਐਕਸਲ ਦਾ ਡਿਜ਼ਾਇਨ ਹੈ ਆਪਣਾ ਪੁਰਾਣਾ, ਅਤੇ ਉਹਦੇ ਕਰਕੇ ਨਾ ਇਹਦੀ ਮੂਵਮੈਂਟ ਬਹੁਤ ਜ਼ਿਆਦਾ ਘੱਟ ਗਈ ਹੈ। ਠੀਕ ਹੈ, ਫਰੰਟ ਐਕਸਲ ਦੀ ਵੀ ਫਰੰਟ ਐਕਸਲ ਬਹੁਤ ਹੀ ਘੱਟ ਮੂਵ ਕਰਨ ਦਿਆ, ਦੇਖੋ ਸਿਰਫ ਇੰਨਾ ਕੋਈ।
ਇੱਧਰ ਨੂੰ ਤਾਂ ਫਿਰ ਮਾੜਾ ਮੋਟਾ ਹੁੰਦਾ, ਇੱਧਰ ਨੂੰ ਤਾਂ ਜਮਾਂ ਹੀ ਨਹੀਂ ਮੂਵ ਆਉਂਦੇ ਆ। ਦੇਖੋ ਅਤੇ ਬਸ ਇਹਦੇ 'ਤੇ ਲੱਗਾ ਹੋਇਆ ਸੀਗਾ ਮੈਂ, ਮੈਨੂੰ ਕੱਲ੍ਹ ਸ਼ਾਮ ਤੱਕ ਨਾ ਆਪਾਂ ਸਵਰਾਜ ਤਿਆਰ ਕਰ ਦਈਏ, ਬਸ ਮੌਕੇ 'ਤੇ ਨਾ ਸਰਵੋ 'ਚ ਪ੍ਰੋਬਲਮ ਆਉਂਦੀ ਹੈ। ਵੈਸੇ ਤਾਂ ਇਹਦਾ ਹੱਲ ਹੈਗਾ, ਕਈ ਹੱਲ ਨੇ, ਇੱਕ ਨਹੀਂ ਗਾ। ਨੰਬਰ 1 ਹੱਲ ਜਿਹੜਾ ਆਪਾਂ ਕਰਨਾ ਹੈ ਉਹ ਤਾਂ ਇਹ ਆ ਵੀ ਆਹਣਾ ਇਹਦਾ ਡਿਜ਼ਾਇਨ ਜਿਹੜਾ ਇਹ ਪੁਰਾਣਾ ਹੋ ਗਿਆ, ਵੀ ਆਪਣਾ ਪੁਰਾਣਾ ਡਿਜ਼ਾਇਨ ਸੀਗਾ ਇਹਨੂੰ ਅਪਗ੍ਰੇਡ ਕਰਨ ਦਾ ਟਾਈਮ ਆ ਗਿਆ। ਇਹਦੇ 'ਚ ਇੱਕ ਤਾਂ ਗੈਪ ਬਹੁਤ ਬਚਣ ਦਿਆ, ਯਾਨੀ ਕਾਫੀ ਕੁਛ ਹੈਗਾ ਇਹਦੇ 'ਚ ਇੰਪਰੂਵ ਕਰਨ ਵਾਲਾ। ਇੱਕ ਤਾਂ ਉਹ ਇੰਪਰੂਵ ਕਰਨਾ ਆਪਾਂ, ਠੀਕ ਹੈ, ਐਕਸਲ ਦੁਬਾਰੇ ਬਣੂਗਾ, ਸਾਰਾ ਨਹੀਂ ਤਿਆਰ ਹੁੰਦਾ ਦੁਬਾਰੇ, ਬਸ ਸਾਈਡਾਂ ਵਾਲੇ ਜਿਹੜੇ ਇਹਦੇ ਸਪੈਂਡਲ ਨੇ ਨਾ ਉਹ ਚੇਂਜ ਹੋਣਗੇ ਅਤੇ ਸੈਂਟਰ ਵਾਲੀ ਫੱਟੀ ਚੇਂਜ ਹੋਊਗੀ। ਫੱਟੀ ਚੱਲ ਇਹ ਯੂਜ਼ ਕਰ ਲਾਂਗੇ, ਸਪੈਂਡਲ ਮੇਨ ਆਪਾਂ ਨੂੰ ਚੇਂਜ ਕਰਨੇ ਪੈਣਗੇ, ਇਹ ਅਪਗ੍ਰੇਡ ਕਰਨਾ ਪਊਗਾ। ਅਤੇ ਦੇਖਦਾ ਮੈਂ ਹੁਣ, ਇੱਕ ਤਾਂ ਸਪੈਂਡਲ ਚੇਂਜ ਕਰ ਦਿੰਦੇ ਹਾਂ ਅਤੇ ਟਰੈਕਟਰ ਦੀ ਕੰਪਲੀਟ ਜਿਹੜੀ ਵਾਇਰਿੰਗ ਆ ਉਹ ਵੀ ਆਪਾਂ ਨੂੰ ਕਰਨੀ ਪੈਣੀ ਆ, ਕਿਉਂਕਿ ਨਾ ਐਲਾਂ ਵਾਧੂ ਇੰਦਾ ਆਪਣੀ ਸੋਲਡਰਿੰਗ ਆਇਰਨ ਦਾ ਜਿਹੜਾ ਸਟੈਂਡ ਨਹੀਂ ਮਿਲਿਆ, ਅਤੇ ਸਟੈਂਡ ਆਉਣਾ 4 ਦਿਨਾਂ ਬਾਅਦ, ਅਤੇ ਇੰਨਾ ਚਿਰ ਆਪਾਂ ਰੁਕ ਤਾਂ ਸਕਦੇ ਨਹੀਂ, ਅਤੇ ਕੋਈ ਨਾ ਕੋਈ ਜੁਗਾੜ ਲਾ ਕੇ ਨਾ ਆਪਾਂ ਕਰਦੇ ਹਾਂ ਇਹਦੀ ਵਾਇਰਿੰਗ। ਹੋ ਸਕਿਆ ਤਾਂ ਅੱਜ ਰਾਤ ਹੀ ਵਾਇਰਿੰਗ ਕਰਾਂਗਾ, ਸ਼ੂਟ ਦਾ ਪਲੈਨ ਸੀਗਾ ਅੱਜ ਦਾ ਪਰ ਉਹ ਕੈਂਸਲ ਕਰਤਾ ਕਿਉਂਕਿ ਬਾਹਰ ਪੈ ਗਿਆ ਮੀਂਹ, ਠੀਕ ਹੈ, ਅਤੇ ਮੀਂਹ ਪੈਣ ਕਰਕੇ ਨਾ ਥਾਂ ਸਾਰਾ ਹੋ ਗਿਆ ਗਿੱਲਾ, ਉਹ ਦੇਖੋ ਥਾਂ ਫਿਰ ਪਾਣੀ ਵੀ ਖੜ ਗਿਆ ਉੱਥੇ, ਅਤੇ ਗਿੱਲਾ ਵੀ ਹੋ ਗਿਆ, ਅਤੇ ਟਰੈਕਟਰ ਲਿਬੜ ਜਾਣਗੇ। ਇਸ ਕਰਕੇ ਅੱਜ ਦਾ ਦਿਨ ਆਪਾਂ ਸਕਿੱਪ ਕਰ ਦਿੰਦੇ ਹਾਂ ਸ਼ੂਟ ਵਾਲਾ, ਵੀ ਬਾਹਰ ਸ਼ੂਟ ਨਹੀਂ ਕਰਦੇ, ਉਨ੍ਹਾਂ ਚਿਰ ਆਪਾਂ ਇੱਧਰ ਕੰਮ ਕਰ ਲੈਂਦੇ ਹਾਂ ਅੰਦਰਲੇ ਸੈਟਅਪ 'ਚ, ਕਿਉਂਕਿ ਅੰਦਰ ਵੀ ਕੰਮ ਕਾਫੀ ਹੈ ਕਰਨ ਵਾਲਾ। ਅਤੇ ਆਹ 2 ਟਰੈਕਟਰ ਰੇਡੀ ਕਰਨੇ ਨੇ, ਸਵਰਾਜ ਅਤੇ ਨਾਟ 11, ਠੀਕ ਹੈ। ਮੇਨ ਪਹਿਲਾਂ ਆਹ 2 ਹੀ ਨੇ ਬਸ ਤਿਆਰ ਹੋਣ ਵਾਲੇ, ਜਿਹੜੇ ਆਪਾਂ ਭੇਜਣੇ ਨੇ ਸੇਲ ਵਾਲੇ, ਆਹ 2 ਤਿਆਰ ਕਰਦਾ ਮੈਂ, ਉਦੋਂ ਬਾਅਦ ਫਿਰ ਆਪਣੇ ਟਰੈਕਟਰਾਂ ਦੇ ਮਾਰਦੇ ਹਾਂ ਮੱਥਾ ਹਫ਼ਤਾ 1-1 ਕਰੀ, ਅਤੇ ਉਦੋਂ ਬਾਅਦ ਫਿਰ ਅੱਗੇ ਸ਼ੁਰੂ ਕਰਦੇ ਹਾਂ ਸੇਲ ਵਾਲੇ ਟਰੈਕਟਰ ਅਪਗ੍ਰੇਡ ਕਰਕੇ, ਠੀਕ ਹੈ। ਛੋਟੇ ਟਰੈਕਟਰ ਵੀ ਅਪਗ੍ਰੇਡ ਕਰਾਂਗੇ, ਵੱਡੇ ਟਰੈਕਟਰ ਵੀ ਅਪਗ੍ਰੇਡ ਕਰਾਂਗੇ। ਲਓ ਵੀ ਮੁੰਡਿਓ, ਸੀਨ ਕੁਛ ਇੱਦਾਂ ਹੈ ਕਿ ਮੌਕੇ 'ਤੇ ਟਾਈਮ ਚੈੱਕ ਕਰੋ ਤੁਸੀਂ, 10:30 ਹੋ ਗਏ ਆ, ਅਤੇ ਇੱਥੇ ਕੰਮ ਚੱਲਣ ਦਿਆ ਸੀ ਆਪਣੇ 855 'ਤੇ, ਮੈਂ ਕਰਨ ਦਿਆ ਸੀ ਵਾਇਰਿੰਗ। ਵੈਸੇ ਤਾਂ ਆਪਣੇ ਕੋਲ ਸੋਲਡਰਿੰਗ ਆਇਰਨ ਦਾ ਕੋਈ ਸਟੈਂਡ ਨਹੀਂ ਸੀਗਾ, ਇਸ ਕਰਕੇ ਮੈਨੂੰ ਜੁਗਾੜ ਲਾਉਣਾ ਪਿਆ, ਆਹ ਦੇਖੋ। ਅਤੇ ਜੁਗਾੜ ਲਾ ਕੇ ਮੌਕੇ 'ਤੇ ਕੰਮ ਸਾਰਿਆ, ਇੱਕ ਵਾਰੀ ਵਾਇਰਿੰਗ ਤਾਂ ਹੋ ਗਈ ਹੈ, ਰਿਮੋਟ ਦੀ ਫਿਟਿੰਗ ਨਹੀਂ ਹੋਈ, ਉਹ ਆਪਾਂ ਸਵੇਰੇ ਕਰਾਂਗੇ, ਠੀਕ ਹੈ। ਅਤੇ ਬਾਕੀ ਇਹਦੇ 'ਚ ਇੱਕ ਬੰਪਰ ਲੱਗਣ ਵਾਲਾ ਰਹਿ ਗਿਆ, ਉਮੀਦ ਹੈ ਕੱਲ੍ਹ ਸ਼ਾਮ ਤੱਕ ਮੈਂ ਰੇਡੀ ਕਰ ਦਾਂਗਾ, ਨਹੀਂ ਤਾਂ ਕੱਲ੍ਹ ਸ਼ਾਮ ਤੱਕ ਜੇ ਨਾ ਹੋਇਆ ਤਾਂ ਪਰਸੋਂ ਤਾਂ ਪੱਕਾ ਰੇਡੀ ਹੈ ਟਰੈਕਟਰ, ਠੀਕ ਹੈ। ਅਤੇ ਉਸ ਤੋਂ ਇਲਾਵਾ ਇੱਥੇ ਮੈਂ ਐਕਸਪੈਰੀਮੈਂਟ ਕਰਨ ਦਿਆ ਸੀ ਹੋਰ, ਇੱਕ ਤਾਂ ਸੈੱਲ ਮੰਗਵਾਏ ਸੀਗੇ ਐਲਾਂ ਬਾਦੋਂ, ਮਿੱਖਿਲ ਅਤੇ ਸੁੱਖਾ ਗਏ ਸੀਗੇ ਐਲਾਂ ਬਾਦ, ਅਤੇ ਥੋੜ੍ਹਾ ਸਮਾਨ ਮੰਗਾਉਣਾ ਸੀ, ਅਤੇ ਉਦੋਂ ਮੈਂ ਸੈੱਲ ਵੀ ਮੰਗਾ ਲਏ, ਮੈਂ ਕਿਹਾ ਸੈੱਲ ਵੀ ਲੈ ਕੇ ਆਇਓ ਕਿਉਂਕਿ ਇਸ ਟਰੈਕਟਰ ਦੀ ਬੈਟਰੀ ਬਣਨੀ ਹੈ ਨਵੀਂ, ਅਤੇ ਵੈਸੇ ਤਾਂ ਆਪਣੇ ਕੋਲ ਬੈਟਰੀ ਹੈਗੀ ਹੈ ਪਰ ਨਾ 11-9 ਦੀ ਹੈ, ਵੀ 11-9 'ਚ ਭੇਜਣੀ ਆ ਆਪਾਂ। ਅਤੇ ਇਸ ਵਾਰੀ ਫਿਰ ਆਹ ਸੈੱਲ ਦੀ ਨਵੀਂ ਬੈਟਰੀ ਬਣਾਉਂਦੇ ਹਾਂ, ਨਵੀਂ ਸੈੱਲ ਆਈ ਸੀ, ਅਤੇ ਮੈਂ ਨਾ ਇਹਦੇ 'ਚ BMS ਲਾ ਕੇ ਦੇਖਣ ਦਿਆ ਸੀਗਾ, ਮੈਂ ਕਿਹਾ ਚੱਲ BMS ਲਾ ਕੇ ਦੇਖਦੇ ਹਾਂ ਪਰਫੋਰਮੈਂਸ ਕਿੱਦਾਂ ਦੀ ਆਉਂਦੀ ਹੈ। BMS ਆਪਣੇ ਕੋਲ ਪਏ ਸੀਗੇ ਪਹਿਲਾਂ ਹੀ, ਅਤੇ ਉਦੋਂ ਤਾਂ ਕੋਈ ਜ਼ਿਆਦਾ ਖਾਸ ਪਰਫੋਰਮੈਂਸ ਆਈ ਨਹੀਂ ਸੀਗੀ, ਕਿਉਂਕਿ ਆਪਣੇ ਟਰੈਕਟਰ ਜਿਹੜੇ ਨੇ ਉਹ ਵੋਲਟੇਜ ਬਹੁਤ ਜ਼ਿਆਦਾ ਖਿੱਚਦੇ ਨੇ, ਕਰੰਟ ਬਹੁਤ ਫਾਸਟ ਖਿੱਚਦੇ ਨੇ, ਅਤੇ BMS ਜਿਹੜਾ ਆਟੋ ਕੱਟ ਕਰ ਜਾਂਦਾ ਉਹਨੂੰ। ਅਤੇ ਮੈਂ ਕਿਹਾ ਚੱਲ ਦੁਬਾਰਾ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਕੀ ਬਣਦਾ, ਚਲੋ ਦੇਖਦੇ ਹਾਂ। ਹਜੇ ਤਾਂ ਆ ਬੈਟਰੀ ਮੈਂ ਚਾਰਜ ਲਾਈ ਸੀ ਪਹਿਲਾਂ, ਤਾਂ ਇੱਥੇ ਵਿਖਾਉਣ ਦਿਆ ਸੀ ਕਿ ਕਾਫੀ ਡਾਊਨ ਆ ਬੈਟਰੀ, ਅਤੇ ਆ ਹੁਣ ਫੁੱਲ ਚਾਰਜ ਵਿਖਾਉਣ ਦਿਆ ਵੀ ਚਾਰਜ ਹੋ ਵੀ ਗਈ ਆ ਐਡੀ ਛੇਤੀ। ਮੈਨੂੰ ਦੇਖਣਾ ਪੈਣਾ, ਮੈਨੂੰ ਨਹੀਂ ਲੱਗਦਾ ਕਾਮਯਾਬ ਹੋਊਗਾ BMS, ਬਾਕੀ ਚਲੋ ਐਕਸਪੈਰੀਮੈਂਟ ਕਰਦੇ ਹਾਂ ਆਪਾਂ, ਦੇਖਦੇ ਹਾਂ ਕੀ ਬਣਦਾ, ਵੀ ਕਿੰਨੀ ਕੁ ਪਾਵਰ ਇਹ ਕੱਢਦੇ ਨੇ ਆਪਣੇ ਉਹਨਾਂ ਟਰੈਕਟਰਾਂ 'ਚ, ਅਸਲ 'ਚ ਪਤਾ ਲੱਗੂਗਾ ਕਿ ਕਿੰਨੀ ਕੁ ਪਾਵਰ ਮਾਰਦੇ ਆ, ਲੱਗੂਗਾ ਕਿ ਆਪਾਂ ਹੁਣੇ ਪਤਾ ਲਾ ਲੈਂਦੇ ਹਾਂ। ਆਪਣੇ ਕਲੈਕਸ਼ਨ ਦਾ ਸਭ ਨਾਲੋਂ ਤਗੜਾ ਟਰੈਕਟਰ ਆਏ, ਅਤੇ ਸਭ ਨਾਲੋਂ ਜ਼ਿਆਦਾ ਪਾਵਰ ਵੀ ਆਈ ਟਰੈਕਟਰ ਖਿੱਚਦਾ। ਇਹਦੇ 'ਚ ਜਦੋਂ ਵੀ ਬੈਟਰੀ ਯੂਜ਼ ਕਰੀਦੀ ਹੈ ਨਾ, ਡਬਲ ਸੈੱਲ ਵਾਲੀ ਕਰੀਦੀ ਹੈ, ਆਹ ਦੇਖੋ 4 ਸੈੱਲਾਂ ਨਾਲ ਬਣੀ ਬੈਟਰੀ ਹੈ,
ਕਿਉਂਕਿ ਇਹਦੇ ਵਿੱਚ ਤਿੰਨ ਮੋਟਰਾਂ ਲੱਗੀਆਂ ਨੇ ਅਤੇ ਜਿੱਦਾਂ ਕਰੰਟ ਇੱਕੋ ਦਮ ਹੀ ਖਿੱਚਦੀਆਂ, ਪੂਰੀਆਂ ਲੋਡ ਹੁੰਦਾ ਬੈਟਰੀ 'ਤੇ। ਅਤੇ ਹੁਣੇ ਪਤਾ ਲੱਗ ਜੂਗਾ ਕਿ ਬੈਟਰੀ ਦੇ ਪੱਲੇ ਕੁਛ ਹੈਗਾ ਇਹ ਕਿ BMS ਕੱਢਣਾ ਹੀ ਪਊਗਾ ਆਪਾਂ ਨੂੰ। ਪਾਵਰ ਕਰਦੀ ਹੈ ਔਨ, ਲਓ ਵੀ ਪਾਵਰ ਹੋ ਗਈ ਔਨ। ਅਤੇ ਆ ਰਿਹਾ ਇਹਦਾ ਰਿਮੋਟ, ਰਿਮੋਟ ਦੀ ਪਾਵਰ ਔਨ ਹੋ ਗਈ ਹੈ। ਅਤੇ ਅੱਗੇ ਸਪੋਰਟ ਲਾਉਂਦੇ ਹਾਂ ਥੋੜ੍ਹੀ ਜਿਹੀ, ਆਹ ਦੇਖੋ ਆ ਜੇ BMS ਦੀ ਸਭ ਨੂੰ ਵੱਡੀ ਪ੍ਰੋਬਲਮ। ਠੀਕ ਹੈ, ਜਿਵੇਂ ਹੀ ਲੋਡ ਪੈਂਦਾ BMS 'ਤੇ ਆਟੋਮੈਟਿਕ ਹੀ ਕੱਟ ਕਰ ਜਾਂਦਾ। ਇਹਦੇ 'ਚ ਜਿਹੜੀ ESC ਹੈ ਉਹ ਹੈ 30 ampere ਦੀ, ਅਤੇ ਜਿਹੜਾ BMS ਹੈ ਉਹ ਹੈ 20 ampere ਦਾ, ਅਤੇ 20 ampere ਤੋਂ ਪਲੱਸ ਦਾ ਕੋਈ BMS ਮਿਲਦਾ ਵੀ ਨਹੀਂ ਗਾ। ਠੀਕ ਹੈ, ਅਤੇ ਹੁਣ ਮੌਕੇ 'ਤੇ ਆਟੋ ਕੱਟ ਕਰ ਚੁੱਕਿਆ, ਇਹ ਹੁਣ ਉਹਨਾਂ ਚਿਰ ਨਹੀਂ ਚੱਲਦਾ ਜਿੰਨਾ ਚਿਰ ਇਹਨੂੰ ਮੈਂ ਦੁਬਾਰਾ ਚਾਰਜ ਨਹੀਂ ਲਾਉਂਦਾ। ਠੀਕ ਹੈ, ਅਤੇ ਮੈਨੂੰ ਲੱਗਦਾ ਕਿ ਚਾਰਜ ਵੀ ਨਹੀਂ ਸਹੀ ਢੰਗ ਤਰ੍ਹਾਂ ਹੋ ਰਿਹਾ, ਬਾਕੀ ਚਲੋ ਦੇਖ ਲੈਂਦੇ ਹਾਂ। ਅਸਲ 'ਚ ਨਾ ਇੰਨਾ ਡਾਊਨ ਹੈ, ਅਤੇ ਆ ਜਿੰਨੇ ਐਮਪੇਅਰ ਇੱਥੇ ਵਿਖਾਉਣ ਦਿਆ 680 ampere ਇੱਥੇ ਵਿਖਾਉਣ ਦਿਆ 0.680, ਅਤੇ ਇੰਨੀ ਬੈਟਰੀ ਆਪਣੀ ਜੇ ਨੋਰਮਲ ਜਿਵੇਂ ਡਾਊਨ ਹੋਵੇ ਅਤੇ ਉਹ ਚਾਰਜ ਹੋਣ 'ਚ ਅੱਧਾ ਘੰਟਾ ਲੈ ਜਾਂਦੀ ਹੈ। ਠੀਕ ਹੈ, ਅਤੇ ਆ ਹੁਣੇ ਵੇਖੋ 1 minute ਦੇ ਵਿੱਚ ਹੀ ਇੱਥੇ 0 ਸ਼ੋਅ ਕਰ ਦੂਗਾ ਵੀ ਹਾਂ ਫੁੱਲ ਚਾਰਜ ਹੋ ਗਈ ਬੈਟਰੀ। ਹੁਣ ਪਤਾ ਨਹੀਂ ਕੀ ਪ੍ਰੋਬਲਮ ਹੈ, BMS 'ਚ ਕੋਈ ਪ੍ਰੋਬਲਮ ਹੈ ਜਾਂ ਕੀ ਸੀਨ ਹੈ, ਦੇਖਦਾ ਮੈਂ ਮੱਥਾ ਮਾਰਦਾ। ਆ ਦੇਖੋ ਮੈਂ ਇਸ ਚੀਜ਼ ਦੀ ਗੱਲ ਕਰਨ ਦਿਆ ਸੀ, ਹੁਣੇ ਵਿਖਾਉਣ ਦਿਆ ਸੀ ਕਿ ਬੈਟਰੀ ਡਾਊਨ ਹੈ ਚਾਰਜ ਕਰਨੀ ਹੈ, ਅਤੇ ਹੁਣੇ ਆ ਦੇਖ ਲਓ ਫੁੱਲ ਵੀ ਵਿਖਾਈ ਜਾਂਦਾ। ਅਤੇ ਹੁਣ ਪਤਾ ਨਹੀਂ ਸਮਝ ਨਹੀਂ ਆ ਰਿਹਾ ਕੀ ਪ੍ਰੋਬਲਮ ਹੈ ਇਹਦੇ ਵਿੱਚ, ਦੇਖਦੇ ਹਾਂ ਚਲੋ ਸਿਰ ਕਰਦੇ ਹਾਂ ਇਹਦਾ ਹੱਲ, ਕੋਈ ਨਾ ਕੋਈ ਜੁਗਾੜ 'ਤੇ ਲਾਵਾਂਗੇ। ਫਿਰ BMS ਲੱਗਾ ਹੋਵੇ ਨਾ ਬੈਟਰੀ ਦੀ ਲਾਈਫ ਬਹੁਤ ਵੱਧ ਜਾਂਦੀ ਹੈ, ਦੇਖਦੇ ਹਾਂ ਚਲੋ ਕਰਾਂਗੇ ਕੋਈ ਨਾ ਕੋਈ ਜੁਗਾੜ ਜੇ ਲੱਗ ਗਿਆ ਤਾਂ। ਫਿਲਹਾਲ ਆ ਵਲੋਗ ਮੈਂ ਨਾ ਐਂਡ ਨਹੀਂ ਕਰਦਾ, ਕੰਟੀਨਿਊ ਕਰਾਂਗੇ ਸਵੇਰੇ ਹੀ। ਠੀਕ ਹੈ, ਕਿਉਂਕਿ ਵਲੋਗ ਅੱਜ ਕੋਈ ਜ਼ਿਆਦਾ ਖਾਸ ਬਣਿਆ ਨਹੀਂ ਅਤੇ ਬਾਹਰ ਵੀਡੀਓ ਸ਼ੂਟ ਵੀ ਨਹੀਂ ਹੋਈ, ਅਤੇ ਦੇਖਦੇ ਹਾਂ ਸਵੇਰੇ ਕਰਦੇ ਹਾਂ ਕੰਟੀਨਿਊ। ਸੱਚਾ ਨਾਲ ਇੱਕ ਚੀਜ਼ ਹੋਰ ਵਿਖਾਉਣੀ ਸੀ, ਆਹ ਦੇਖੋ ਲਾਈਟ ਵਾਲੀ ਫਿਟਿੰਗ ਮੈਂ ਕਰਤੀ ਸੀਗੀ। ਠੀਕ ਹੈ, ਪੇਂਟ ਪੂੰਟ ਵਾਲਾ ਮੈਂ ਇੱਕ ਵਾਰੀ ਪੰਗਾ ਲਿਆ ਹੀ ਨਹੀਂ, ਮੈਂ ਕਿਹਾ ਬਿਨਾਂ ਪੇਂਟ ਤੋਂ ਵੀ ਇੱਦਾਂ ਸੋਹਣਾ ਲੱਗਦਾ ਵੀ ਇੱਦਾਂ ਰਹਿਣਾ ਇਹਨੇ ਬੰਦ, ਕੋਈ ਖਾਸ ਪਤਾ ਲੱਗਣਾ ਨਹੀਂ ਇੰਨਾ। ਬਾਕੀ ਜੇ ਲੋੜ ਪਈ ਤਾਂ ਪੇਂਟ ਕਰ ਵੀ ਦਾਂਗੇ ਆਪਾਂ। ਇੱਕ ਤਾਂ ਆਪਣੀਆਂ ਮਸ਼ੀਨ ਇੱਥੇ ਟੰਗੀ ਗਈ ਹੈ, ਇਹਦਾ ਸਭ ਨਾਲੋਂ ਵੱਡਾ ਫਾਇਦਾ ਤਾਂ ਆਹੀ ਹੈ। ਠੀਕ ਹੈ, ਨਹੀਂ ਤਾਂ ਇਹਦੇ ਵਾਸਤੇ ਲੋਕੇਸ਼ਨ ਲੱਭਣੀ ਪੈਣੀ ਸੀ ਵੀ ਇਹਨੂੰ ਕਿੱਥੇ ਟੰਗੀ ਹੈ। ਅਤੇ ਮੇਨ ਆਪਣੀ ਜਿਹੜੀ ਸ਼ੂਟਿੰਗ ਵਗੈਰਾ ਹੋਣੀ ਹੈ ਉਹ ਬਿਲਕੁਲ ਇੱਥੇ ਸੈਂਟਰ 'ਚ ਹੋਣੀ ਹੈ। ਠੀਕ ਹੈ, ਉਹ ਗੁੱਠ 'ਚ ਨਹੀਂ ਹੋਣੀ ਕਿਉਂਕਿ ਉੱਥੇ ਆਪਣਾ ਹੱਥ 'ਤੇ ਪਹੁੰਚ ਜੂਗਾ, ਪਰ ਜੇ ਮੈਂ ਇੱਥੇ ਬਹਿ ਕੇ ਸ਼ੂਟ ਕਰਦਾ ਨਾ ਉੱਧਰ, ਤਾਂ ਆ ਡਰੋਰ ਨਹੀਂ ਖੁੱਲ੍ਹਦੇ। ਠੀਕ ਹੈ, ਵੀ ਡਰੋਰ ਦਾ ਐਕਸੈਸ ਨਹੀਂ ਮਿਲਦਾ ਫਿਰ, ਅਤੇ ਇਸ ਕਰਕੇ ਨਾ ਆਪਾਂ ਨੂੰ ਸ਼ੂਟ ਤਾਂ ਇੱਥੋਂ ਹੀ ਕਰਨਾ ਪਊਗਾ ਇੱਦਾਂ ਹੀ, ਤਾਂ ਕਿ ਇੱਥੋਂ ਡਰੋਰ ਵੀ ਖੋਲ੍ਹ ਸਕੀਏ। ਬਾਕੀ ਆਹ ਚੀਜ਼ ਸਹੀ ਹੈ, ਫਰੰਟ 'ਤੇ ਕਾਫੀ ਜਿੱਦਾਂ ਜਗ੍ਹਾ ਹੈਗੀ ਆਪਣੇ ਕੋਲ, ਆਪਣੇ ਕੋਲ ਸਾਈਡ 'ਤੇ ਵੀ ਜਗ੍ਹਾ ਹੈਗੀ, ਉੱਧਰ ਮਾਡਲ ਖੜ੍ਹ ਜਾਣਗੇ। ਠੀਕ ਹੈ, ਅਤੇ ਆਹ ਇੱਥੇ ਸਟੈਂਡ ਲਾਤਾ ਫੋਨ ਦਾ, ਤਾਂ ਕਿ ਇਸ ਐਂਗਲ ਤੋਂ ਆਪਾਂ ਸ਼ੂਟ ਕਰ ਸਕੀਏ। ਠੀਕ ਹੈ, ਇੱਧਰਲੇ ਪਾਸਿਓਂ ਅਤੇ ਬਸ ਸਭ ਕੁਛ ਓਕੇ ਆ ਇੱਥੇ ਤਾਂ। ਚਲੋ ਖਲਾਰਾ ਤਾਂ ਰਹਿਣਾ ਹੀ ਹੈ, ਬਾਕੀ ਆਹ ਖਲਾਰਾ ਜ਼ਿਆਦਾ ਤਾਰਾਂ ਤੂਰਾਂ ਵਾਲਾ, ਇਹ ਮੈਂ ਦੇਖਦਾ ਸਵੇਰੇ ਜਾਂ ਪਰਸੋਂ ਤੱਕ ਨਾ ਇਹ ਸਾਰਾ ਸੈੱਟ ਕਰ ਦੂੰਗਾ, ਕਿਉਂਕਿ ਨਾ ਇੱਥੋਂ ਪਾਵਰ ਸਪਲਾਈ ਦੇਣੀ ਹੈ ਆਪਣੇ ਸੋਲਰ ਪੈਨਲ 'ਚੋਂ, ਅਤੇ ਉਹਦੀ ਹਜੇ ਸੈਟਿੰਗ ਕਰਨੀ ਹੈ। ਲਓ ਵੀ ਮੁੰਡਿਓ ਸੀਨ ਇੱਦਾਂ, ਨੈਕਸਟ ਡੇ ਵਲੋਗ ਕਰਨਾ ਮੈਂ ਕੰਟੀਨਿਊ, ਅਤੇ ਮੌਕੇ 'ਤੇ ਟਾਈਮ 12 ਵੱਜ ਗਿਆ ਦੇਖ ਲਓ, ਅਤੇ ਆਹ ਹੱਥ 'ਤੇ ਪੇਂਟ ਲੱਗਾ ਹੋਇਆ ਆਪਣਾ, ਆਹ ਜਿਹੜਾ ਸਵਰਾਜ ਹੈ ਨਾ ਇਹਦਾ ਨਵਾਂ ਬੰਪਰ ਜਿਹੜਾ ਪ੍ਰਿੰਟ ਕੀਤਾ ਉਹਨੂੰ ਪੇਂਟ ਕੀਤਾ ਅਤੇ ਬਾਹਰ ਟੰਗਿਆ ਹੋਇਆ, ਅਤੇ ਮੈਨੂੰ ਨਹੀਂ ਲੱਗਦਾ ਕਿ ਪੇਂਟ ਹੋਇਆ ਸਹੀ, ਪੇਂਟ ਆਪਾਂ ਨੂੰ ਨਵਾਂ ਲੈ ਕੇ ਆਉਣਾ ਪੈਣਾ, ਉਹ ਪੇਂਟ ਖਰਾਬ ਹੋ ਗਿਆ। ਅਤੇ ਤੋੜਤਾ ਚਲੋ ਜੀ, ਅਤੇ ਇੱਧਰ ਸੀਨ ਐਵੇਂ ਆ
ਕਿ ਆਪਣਾ ਲਾਈਟ ਤਾਂ ਕਰਤਾ ਸੀ ਕਨੈਕਸ਼ਨ ਇੱਥੇ, ਅਤੇ ਆਹ ਦੇਖੋ ਹੁਣ ਦੇ ਮੌਕੇ 'ਤੇ ਰਿਪੋਰਟ ਹੈ। ਛੂਟ ਛਾਟ ਵਧੀਆ ਹੋ ਜੂਗਾ ਹੁਣ, ਪਹਿਲਾਂ ਬਾਅਦ ਦਾ ਪਲੈਨ ਹੈ। ਹੁਣੇ ਕੋਈ ਚੱਲਦੇ ਹਾਂ ਆਪਾਂ ਪਹਿਲਾਂ ਬਾਅਦ, ਕਿਉਂਕਿ ਸਵਰਾਜ ਦਾ ਬੰਪਰ ਜਿਹੜਾ ਉਹਨੂੰ ਇੱਕ ਲੇਅਰ ਪੇਂਟ ਦੀ ਮਾਰੀ ਹੈ, ਬਾਕੀ ਦੇਖਦੇ ਹਾਂ ਚਲੋ ਕੀ ਬਣਦਾ। ਵੀ ਪੇਂਟ ਜੇ ਵਧੀਆ ਸੁੱਕ ਗਿਆ ਤਾਂ ਉਵੇਂ ਹੀ ਲਾ ਦਾਂਗੇ, ਨਹੀਂ ਤਾਂ ਆਪਾਂ ਨੂੰ ਲਿਆਉਣਾ ਪਊਗਾ। ਠੀਕ ਹੈ, ਪੇਂਟ ਲਿਆਉਣਾ ਪਊਗਾ, ਲਿਆ ਕੇ ਫਿਰ ਇਹਦਾ ਬੰਪਰ ਹੋਣਾ ਰੇਡੀ। ਬਾਕੀ ਟਰੈਕਟਰ ਆਲਮੋਸਟ ਡਨ ਹੈ ਆਪਣਾ, ਠੀਕ ਹੈ। ਅਤੇ ਉਸ ਦੇ ਨਾਲ ਆ ਇੱਥੇ ਮੈਂ ਕਰਨ ਦਿਆ ਸੀ ਐਕਸਪੈਰੀਮੈਂਟ। ਰਾਤ ਆਪਾਂ ਪੰਗੇ ਲਏ ਸੀਗੇ BMS 'ਤੇ, ਆਪਾਂ BMS ਲਾਇਆ ਸੀ ਪਰ ਵਰਕ ਨਹੀਂ ਸੀ ਕਰਦਾ ਪਿਆ। ਆਪਾਂ ਸਵਰਾਜ 'ਤੇ ਲਾ ਕੇ ਵੇਖਿਆ ਸੀ, ਸਵਰਾਜ ਮਰ ਜਾਂਦਾ ਸੀ ਉੱਥੇ ਹੀ, ਸਵਰਾਜ ਨਹੀਂ ਸੀ ਮਰ ਜਾਂਦਾ, BMS ਪਾਵਰ ਕੱਟ ਕਰ ਜਾਂਦਾ ਸੀ ਅਤੇ ਬੈਟਰੀ ਵੀ ਡਾਊਨ ਸੀਗੀ। ਅਤੇ ਆਪਾਂ ਜਿਹਦੇ ਤੋਂ ਨੋਰਮਲ ਚਾਰਜ ਕਰਦੇ ਹਾਂ ਆਪਣੀਆਂ ਬੈਟਰੀਆਂ, ਉਹ ਪਾਵਰ ਸਪਲਾਈ ਬੈਟਰੀ ਚਾਰਜ ਵੀ ਨਹੀਂ ਸੀ ਕਰਨ ਲਈ ਮੌਕੇ 'ਤੇ। ਹੁਣ ਆਪਣੇ ਕੋਲ 12 ਵੋਲਟ ਦਾ ਇੱਕ ਅਡੈਪਟਰ ਹੈ, 12 ਨਹੀਂ 24 ਵੋਲਟ ਦਾ ਹੈ, ਜਿੰਨੀ ਆਪਾਂ ਵੋਲਟੇਜ ਚੇਂਜ ਕਰ ਸਕਦੇ ਹਾਂ। ਸਟਾਰਟਿੰਗ ਤੋਂ ਆਪਾਂ ਇਹਦੇ ਨਾਲ ਬੈਟਰੀਆਂ ਚਾਰਜ ਕਰਨਾ ਆ, ਅਤੇ ਮੌਕੇ 'ਤੇ ਹੁਣ ਇਹਨੂੰ ਲਾਇਆ ਹੋਇਆ ਮੈਂ, ਅਤੇ ਬੈਟਰੀ ਚਾਰਜ ਤਾਂ ਹੋਣ ਦੀ ਹੈ। ਪਰ ਇਹਦਾ ਮਾਈਨਸ ਪੁਆਇੰਟ ਇੱਕ ਆ ਵੀ ਹੈ ਕਿ ਇਹਨੂੰ ਚਾਰਜ ਹੋਣ 'ਚ ਟਾਈਮ ਬਹੁਤ ਲੱਗਦਾ। ਜਿੱਥੇ ਆਪਣੀਆਂ ਆਹ ਬੈਟਰੀਆਂ ਨੇ ਇਹ ਲਗਭਗ 1/2 ਘੰਟੇ ਚਾਰਜ ਹੋ ਜਾਂਦੀਆਂ, ਉੱਥੇ ਆਹ ਬੈਟਰੀ 3 ਘੰਟੇ ਲੈਂਦੀ ਚਾਰਜ ਹੋਣ 'ਚ। ਚਾਰਜ ਸਲੋ ਹੋਣ ਕਰਕੇ ਨਾ ਇਹਦੀ ਲਾਈਫ ਵੀ ਵੱਧ ਜਾਂਦੀ ਬੈਟਰੀ ਦੀ। ਬਾਕੀ ਚਲੋ ਸਲੋ ਕਰੇਗਾ, ਐਡਾ ਕੋਈ ਚੱਕਰ ਨਹੀਂ ਹੈ, ਕਿਉਂਕਿ ਆਪਣੇ ਕੋਲ ਟਾਈਮ ਹੀ ਖੁੱਲ੍ਹਾ ਹੀ ਹੈ ਸਾਰਾ ਦਿਨ। ਹਰ ਟਾਈਮ 'ਤੇ ਆਪਾਂ ਸ਼ੂਟ ਕਰਦੇ ਵੀ ਨਹੀਂ ਹੁੰਦੇ, ਵੀ ਸਾਰੀ ਰਾਤ ਵੀ ਲਾਈ ਰੱਖੀਆਂ ਬੈਟਰੀਆਂ। ਆਟੋ ਕੱਟ ਦਾ ਹੈਗਾ ਇਹਦੇ 'ਚ ਆਪਸ਼ਨ, ਵੀ ਇਹਨੇ BMS ਨੇ ਆਟੋਮੈਟਿਕ ਕੱਟ ਕਰ ਦੇਣਾ। ਬਸ ਮੇਨ ਜਿਹੜੀ ਪ੍ਰੋਬਲਮ ਇੱਕ ਸਭ ਨੂੰ ਵੱਡੀ ਆ ਜੀ, ਉਹ ਸੋਲਵ ਹੋ ਗਈ ਨਾ, ਵੀ ਜਿੱਦਾਂ ਫੁੱਲ ਪਾਵਰ ਦੇ ਉੱਤੇ BMS ਆਪਦੀ ਪਾਵਰ ਨਾ ਕੱਟੇ। ਜਿਵੇਂ ਹੁਣ ਸਵਰਾਜ 'ਤੇ ਆਪਾਂ ਬੈਟਰੀ ਲਾਈ ਹੋਈ ਹੈ, ਅਤੇ ਸਵਰਾਜ ਫੁੱਲ ਪਾਵਰ ਲਾਵੇ ਅਤੇ BMS ਪਾਵਰ ਹੀ ਕੱਟ ਕਰ ਦੇ, ਉਹ ਕੰਮ ਨਾ ਹੋਵੇ ਅਤੇ ਉਂਝ ਕੋਈ ਪ੍ਰੋਬਲਮ ਨਹੀਂ, ਉਂਝ ਚੱਲ ਜੂਗਾ, ਬਹੁਤ ਵਧੀਆ ਚੀਜ਼ ਹੈ। ਬਾਕੀ ਚਲੋ ਦੇਖਦੇ ਹਾਂ ਕੀ ਬਣਦਾ। ਲਓ ਜੀ ਮੁੰਡਿਓ, ਸੀਨ ਕੁਛ ਇੱਦਾਂ ਕਿ ਮੌਕੇ 'ਤੇ ਟਾਈਮ ਦੇਖੋ 6 ਵੱਜ ਗਏ ਨੇ, ਠੀਕ ਹੈ। ਵਲੋਗ ਮੈਂ ਹੁਣ ਕੰਟੀਨਿਊ ਕਰਨ ਦਿਆਂ। ਆਪਾਂ ਵਿੱਚ ਐਲਾਬਾਦ ਗਏ ਸੀਗੇ ਅਤੇ ਉਹ ਮੈਂ ਵਲੋਗ ਨਹੀਂ ਉੱਥੇ ਸ਼ੂਟ ਕੀਤਾ, ਉਹ ਦਿਮਾਗ 'ਚੋਂ ਹੀ ਨਿਕਲ ਗਿਆ ਸ਼ੂਟ ਕਰਨ ਦਾ। ਅਤੇ ਬਸ ਛੇਤੀ ਛੇਤੀ ਗਏ, ਛੇਤੀ ਛੇਤੀ ਆ ਗਏ। ਇੱਕ ਤਾਂ ਸਪਰੇ ਪੇਂਟ ਲੈ ਕੇ ਆਏ ਹਾਂ, ਆਹ ਦੇਖੋ ਇੱਕ ਆ ਲੈ ਕੇ ਆਏ ਹਾਂ ਆਪਾਂ ਪੱਖਾ, ਇਹਦਾ ਕੀ ਕਰਨਾ ਤੁਹਾਨੂੰ ਮੈਂ ਬਾਅਦ 'ਚੋਂ ਦੱਸਦਾ। ਆਹ ਇੱਕ ਚਾਰਜਰ ਹੈ, ਉਸ ਤੋਂ ਇਲਾਵਾ ਇੱਧਰ ਆਹ ਲੈਪਟੋਪ ਦੀਆਂ ਬੈਟਰੀਆਂ ਲੈ ਕੇ ਆਏ ਹਾਂ ਆਪਾਂ, ਇਹਨਾਂ 'ਚੋਂ ਦੇਖਦੇ ਹਾਂ ਕੱਢ ਕੇ ਸੈੱਲ ਨਿਕਲਦੇ ਆ ਕਿ ਨਹੀਂ ਢੰਗ ਦੇ। ਅਤੇ ਉਸ ਤੋਂ ਇਲਾਵਾ ਹੋਰ ਕੀ ਲੈ ਕੇ ਆਏ ਹਾਂ, ਹੋਰ ਤਾਂ ਆਹ ਡੱਬੇ ਲੈ ਕੇ ਆਏ ਹਾਂ ਸੱਚ, ਹਾਂ ਆਹ ਇੱਕ ਡੱਬਾ ਟੁੱਟਿਆ ਸੀ ਇਹ ਚੇਂਜ ਕਰਕੇ ਲੈ ਕੇ ਆਏ ਹਾਂ, ਹੋਰ ਆਹ ਛੋਟੇ ਡੱਬੇ ਵੀ ਲਿਆਏ ਹਾਂ। ਅਤੇ ਉਸ ਤੋਂ ਇਲਾਵਾ ਆਹ ਇੱਕ ਮੈਟ ਲੈ ਕੇ ਆਏ ਹਾਂ ਇੱਥੇ ਰੱਖਣ ਵਾਸਤੇ, ਠੀਕ ਹੈ। ਹੁਣੇ ਕੋਲ ਰੱਖਦਾ ਮੈਂ ਇੱਥੇ ਰੱਖਣ ਵਾਸਤੇ ਮੈਟ ਆਇਆ। ਫਿਲਹਾਲ ਹੁਣ ਮੌਕੇ 'ਤੇ ਪਲੈਨ ਹੈ ਇੱਕ ਸ਼ੂਟ ਕਰਨ ਦਾ ਵੀਡੀਓ, ਅਤੇ ਕਨਫਿਊਜ਼ਨ ਹੋਈ ਵੀ ਬਹੁਤ ਜ਼ਿਆਦਾ, ਸਮਝ ਨਹੀਂ ਆ ਰਹੀ ਵੀ ਵੀਡੀਓ ਸ਼ੂਟ ਕਰੀਏ ਅਤੇ ਕਿੰਦੀ ਕਰੀਏ, ਕਿਉਂਕਿ ਇੱਕ ਤਾਂ ਬਾਹਰ ਸੈਟਅਪ ਵੀ ਰੈਡੀ ਨਹੀਂ ਗਾ ਆਪਣਾ, ਅਤੇ ਆਪਣੇ ਜਿਹੜੇ ਟਰੈਕਟਰ ਨੇ ਉਹ ਵੀ ਸਾਰੇ ਜਿਹੜੇ ਉਹ ਠੀਕ ਨਹੀਂ ਗਏ, ਠੀਕ ਹੈ। ਮੌਕੇ 'ਤੇ ਜਿਹੜੇ ਆਪਣੇ ਬਿਲਕੁਲ ਵਰਕਿੰਗ ਦੀ ਕੰਡੀਸ਼ਨ 'ਚ ਟਰੈਕਟਰ ਨੇ ਉਹ ਹੈ ਇੱਕ ਤਾਂ ਅਰਜਨ 69 ਅਤੇ ਇੱਕ ਆ ਸਵਰਾਜ, ਅਤੇ ਇਹਦੀਆਂ ਆਪਾਂ ਪਹਿਲਾਂ ਹੀ ਸ਼ੂਟ ਕਰ ਚੁੱਕੇ ਹਾਂ ਵੀਡੀਓ, ਅਤੇ ਮੈਨੂੰ ਇਹ ਆ ਵੀ ਇਹਨਾਂ ਦੀਆਂ ਸ਼ੂਟ ਕਰੀ ਜਾਣੀਆਂ, ਵੀ ਕਿਸੇ ਹੋਰ ਨਾਲ ਵੀ ਕੁਛ ਸ਼ੂਟ ਕਰੀਏ ਵੀਡੀਓ। ਅਤੇ ਮੌਕੇ 'ਤੇ ਤਾਂ ਕੁਛ ਸਮਝ ਆ ਨਹੀਂ ਸੀ ਰਿਹਾ, ਅਤੇ ਇੱਕ ਹੀ ਪਲੈਨ ਕੀਤਾ ਮੈਂ ਕਿ ਸਾਰੇ ਟਰੈਕਟਰ ਬਾਹਰ ਕੱਢਦੇ ਹਾਂ ਆਪਾਂ, ਠੀਕ ਹੈ, ਅਤੇ ਕੋਈ ਨਾ ਕੋਈ ਟਰੈਕਟਰ ਨਾਲ ਆਫ ਰੋਡਿੰਗ ਕਰਾਉਂਦੇ ਹਾਂ ਜਾਂ ਟਰਾਲੀ ਪਾ ਕੇ ਖਿਚਾਉਂਦੇ ਹਾਂ, ਜਾਂ ਇੱਦਾਂ ਕਰਦੇ ਹਾਂ ਆਪਣਾ ਆਹ ਜਿਹੜਾ ਜੌਂਡੀਅਰ ਹੈ ਨਾ ਇਹਦੇ ਮਗਰ ਪਾਉਂਦੇ ਹਾਂ ਅੱਜ ਟਰਾਲੀ। ਵੈਸੇ ਵੀ ਕਾਫੀ ਟਾਈਮ ਹੋ ਗਿਆ ਇਹਦੀ ਟੈਸਟਿੰਗ ਵੀ ਨਹੀਂ ਹੋਈ, ਅਤੇ ਨਵੇਂ ਸੈਟਅਪ 'ਚ ਤਾਂ ਬਿਲਕੁਲ ਹੀ ਨਹੀਂ ਚੱਲਿਆ, ਅਤੇ ਦੇਖਦੇ ਹਾਂ ਅੱਜ ਇਹਦੇ ਮਗਰ ਟਰਾਲੀ ਪਾ ਕੇ ਨਾ ਇਹਦੇ ਨਾਲ ਕਰਦੇ ਹਾਂ ਸ਼ੂਟ ਵੀਡੀਓ। ਲਓ ਵੀ ਮੁੰਡਿਓ, ਸੀਨ ਕੁਛ ਇੱਦਾਂ
ਇੱਥੇ ਇੱਥੇ ਕਰਨ ਦਿਆ ਸੀ ਆਪਾਂ ਸ਼ੂਟ ਵੀਡੀਓ ਆਪਣੇ ਜੂਨੀਅਰ ਮਗਰ ਪਾਇਆ ਸੀ ਆਹ ਵੱਡਾ ਹਰਾ ਟਰਾਲਾ ਇਹਦੇ ਵਿੱਚ ਮਿੱਟੀ ਸੀ ਫੁੱਲ ਉਹ ਵੀ ਗਿੱਲੀ ਪੂਰੀ ਅਤੇ ਟਰੈਕਟਰ ਚੜ੍ਹਿਆ ਨਹੀਂ ਚੜ੍ਹਿਆ ਕੀ ਬਣਿਆ ਉਹ ਸਾਰਾ ਤੁਹਾਨੂੰ ਵੀਡੀਓ 'ਚ ਵੇਖਣ ਨੂੰ ਮਿਲੂਗਾ ਹੋ ਸਕਦਾ ਇਸ ਵਲੋਗ ਤੋਂ ਪਹਿਲਾਂ ਮੈਂ ਅਪਲੋਡ ਕਰ ਦਿੱਤੀ ਹੋਵੇ ਵੀਡੀਓ ਠੀਕ ਹੈ ਵੇਟ ਬਣਾਉਂਦੇ ਹਾਂ ਹੁਣ ਨਾਸਤੇ ਨਾਲ ਆਹ ਨਟ ਜੇ ਇੱਕ ਧਰਕੇ ਭੈੜੇ ਲੱਗਦੇ ਨੇ ਅਤੇ ਜਿਵੇਂ ਆਹ ਬਣਾਏ ਸੀ ਨਾ ਉਵੇਂ ਦੇਖਦਾ ਵਾਂ ਜਾਂ ਤਾਂ ਬੰਪਰ ਹੀ ਹੈਵੀ ਤਿਆਰ ਕਰਦੇ ਹਾਂ ਥੋੜ੍ਹੇ ਜਿਹੇ ਅਤੇ ਜਾਂ ਵੇਟ ਬਣਵਾਉਂਦੇ ਹਾਂ ਓਕੇ ਨਿਕਲ ਗਈ ਵੈਸੇ ਵੀ ਟਰਾਲੀ ਖਿੱਚਣੀ ਨਹੀਂ ਸੀ ਇਹਨੇ ਰੇਡ ਹੈ ਨਾ ਇੱਧਰ ਬਾਕੀ ਠੀਕ ਹੈ ਸਮਾਨ ਸਾਰਾ ਆ ਗਿਆ ਜੀ ਅੰਦਰ ਅਤੇ ਦੇਖਦੇ ਹਾਂ ਚਲੋ ਕਾਫੀ ਕੁਛ ਨਾ ਦਿਮਾਗ 'ਚ ਚੱਲਣ ਦੇਣ ਪਲੈਨ ਕਰਦੇ ਹਾਂ ਉਹਨਾਂ 'ਤੇ ਕੰਮ ਅੱਗੇ ਇੱਕ ਤਾਂ ਟਰਾਲੀਆਂ ਦੇ ਡਿਜ਼ਾਇਨ ਥੋੜ੍ਹੇ ਜਿਹੇ ਸੁਧਾਰਦੇ ਹਾਂ ਠੀਕ ਹੈ ਅਤੇ ਆਪਣੇ ਜਿਹੜਾ ਕਲੈਕਸ਼ਨ ਹੈ ਟਰਾਲੀਆਂ ਦਾ ਜਿਹੜਾ ਆਪਣਾ ਪਰਸਨਲ ਹੈ ਉਹ ਵੀ ਤਿਆਰ ਕਰਦੇ ਹਾਂ ਕਿਉਂਕਿ ਹੁਣ ਆਪਣੇ ਕੋਲ ਜਿੰਨੀਆਂ ਵੀ ਟਰਾਲੀਆਂ ਸਾਰੀਆਂ ਸ਼ੇਪ 'ਚ ਅੱਡੋ ਅੱਡ ਨੇ ਕਿਸੇ ਦੀ ਵੀ ਸੇਮ ਸ਼ੇਪ ਨਹੀਂ ਗਈ ਮੈਂ ਸੋਚਣ ਦਿਆਂ ਕਿ ਦੋ ਤਿੰਨ ਟਰਾਲੀਆਂ ਸੇਮ ਇੱਕੋ ਜਿਹੀਆਂ ਇੱਕੋ ਜਿਹੇ ਕਲੈਕਸ਼ਨ ਵਾਲੀਆਂ ਤਿਆਰ ਕਰਦੇ ਹਾਂ ਤਾਂ ਕਿ ਜੇ ਕੱਲ੍ਹ ਨੂੰ ਕੰਪੀਟੀਸ਼ਨ ਵੀ ਕਰਾਉਣਾ ਹੈ ਜਾਂ ਟਰੈਕਟਰ ਜੇ ਦੋ ਤਿੰਨ ਇਕੱਠੇ ਵੀ ਚੱਲਣ ਦੇਣੇ ਅਤੇ ਪਤਾ ਹੋਵੇ ਵੀ ਦੋਵੇਂ ਟਰਾਲੀਆਂ ਤਿੰਨੇ ਟਰਾਲੀਆਂ ਵੀ ਸੇਮ ਨੇ ਸੇਮ ਹੀ ਮਿੱਟੀ ਪਈ ਹੈ ਵਿੱਚ ਵੀ ਕਿਹੜਾ ਟਰੈਕਟਰ ਜ਼ਿਆਦਾ ਜ਼ੋਰ ਮਾਰਨ ਦਿਆ ਠੀਕ ਹੈ ਬਾਕੀ ਅੱਗੇ ਟਰੈਕਟਰ ਵੀ ਹੋਰ ਤਿਆਰ ਕਰਦੇ ਹਾਂ ਆਪਾਂ ਦੇਖਦੇ ਹਾਂ ਲਓ ਵੀ ਮੁੰਡਿਓ ਸੀਨ ਇੱਦਾਂ ਆਹ ਦੇਖੋ ਆ ਰਿਹਾ ਆਪਣਾ UPS ਅਤੇ ਆਹ ਉੱਤੇ ਫਿੱਟ ਕਰਤਾ ਮੈਂ ਪੱਖਾ ਠੀਕ ਹੈ ਅਤੇ ਇਹ ਚੱਲਦਾ ਡਾਇਰੈਕਟ ਪਾਵਰ 'ਤੇ ਜਿਵੇਂ ਲੋਡ ਦੇ ਦਿਉ ਇਹਨੂੰ ਠੀਕ ਹੈ ਅਤੇ ਨਾਲ ਦੀ ਨਾਲ ਪੱਖਾ ਘੁੰਮਣ ਲੱਗ ਪੈਂਦਾ ਜਦੋਂ ਬੈਟਰੀ ਦਾ ਕਨੈਕਸ਼ਨ ਹੋ ਗਿਆ ਇਹਦੇ ਨਾਲ ਠੀਕ ਹੈ ਹੁਣ ਮੌਕੇ 'ਤੇ ਕਨੈਕਟ ਹੋ ਗਿਆ ਹਾਂ ਕਨੈਕਟ ਹੋ ਗਿਆ ਅਤੇ ਮੌਕੇ 'ਤੇ ਮੈਂ ਇੱਧਰ UPS ਨੂੰ ਔਨ ਕਰਦਾ UPS ਔਨ ਹੋ ਚੁੱਕਿਆ ਠੀਕ ਹੈ ਅਤੇ ਕੋਈ ਕਨੈਕਸ਼ਨ ਨਹੀਂ ਗਾ ਦੇਖ ਲਓ ਅਤੇ ਲੋਡ ਦਾ ਸੀਨ ਐਵੇਂ ਆ ਕਿ ਆਪਾਂ ਬਾਹਲਾ ਜ਼ਿਆਦਾ ਲੋਡ ਤਾਂ ਨਹੀਂ ਇਹਦੇ 'ਤੇ ਪਾ ਸਕਦੇ ਪਰ ਇੰਨਾ ਹੈ ਕਿ ਨੋਰਮਲ ਲੋਡ ਆਰਾਮ ਨਾਲ ਚੱਕ ਲੂਗਾ ਇਹ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਨਹੀਂ ਨੋਰਮਲ ਲੋਡ 'ਚ ਅਤੇ ਬਾਕੀ ਕੰਪਿਊਟਰ ਪ੍ਰਿੰਟਰ ਹਜੇ ਚਲਾ ਕੇ ਨਹੀਂ ਵੇਖੇ ਮੈਂ ਪ੍ਰਿੰਟਰ ਡਾਇਰੈਕਟ ਨਹੀਂ ਚੱਲਦਾ ਪ੍ਰਿੰਟਰ ਇੱਕ ਵਾਰੀ ਚਲਾ ਕੇ ਵੇਖਿਆ ਸੀ ਮੈਂ ਵੀ ਪ੍ਰਿੰਟਰ ਕਨੈਕਟ ਹੋ ਜਾਂਦਾ ਸਕਰੀਨ ਵੀ ਚੱਲ ਪੈਂਦੀ ਸਾਰਾ ਕੁਛ ਹੋ ਜਾਂਦਾ ਜਦੋਂ ਉਹਨੂੰ ਕਮਾਂਡ ਦੇਈਦੀ ਹੈ ਨਾ ਵੀ ਉਹਦੀ ਨੋਜ਼ਲ ਜਦੋਂ ਹੀਟ ਹੋਣੀ ਸ਼ੁਰੂ ਹੁੰਦੀ ਹੈ ਉਦੋਂ ਇੱਕੋਦਮ ਲੋਡ ਪੈਂਦਾ ਉਦੋਂ ਫਿਰ ਇਹ ਕੱਟ ਕਰ ਜਾਂਦਾ ਪਾਵਰ ਠੀਕ ਹੈ ਉਹਦੇ ਕਈ ਰੀਜ਼ਨ ਨੇ ਨੰਬਰ 1 ਰੀਜ਼ਨ ਹੈ ਜਿਹੜਾ ਆਪਣਾ ਸੋਲਰ ਹੈ ਨਾ ਉਹਦੀ ਵੀ ਕੁਛ ਲਿਮਿਟ ਹੈ ਕਿ ਉਹ ਇੰਨੇ ਐਂਪੀਅਰ ਤੱਕ ਕਰੰਟ ਦੇ ਸਕਦਾ ਇਹਨੂੰ ਉਦੋਂ ਬਾਅਦ ਉਹ ਵੀ ਪਾਵਰ ਕੱਟ ਕਰ ਦਿੰਦਾ ਅਤੇ ਇਹਦੀ ਵੀ ਇੱਕ ਲਿਮਿਟ ਹੈ ਕਿ ਇੰਨੀ ਲਿਮਿਟ ਤੱਕ ਹੀ ਇਹ ਕਰੰਟ ਲੈ ਸਕਦਾ ਅਤੇ ਬਾਕੀ ਠੀਕ ਹੈ ਓਵਰਆਲ ਮੇਰਾ ਹੁਣ ਪਲੈਨ ਹੈ ਕਿ ਦੋਵੇਂ ਪ੍ਰਿੰਟਰ ਪਲੱਸ ਆਪਣਾ PC ਜਿਹੜਾ ਉਹ ਇਹਦੇ 'ਤੇ ਪਰਮਾਨੈਂਟ ਲਾ ਦਾਂਗੇ ਆਪਾਂ ਠੀਕ ਹੈ ਵੀ ਇਹਦੇ 'ਤੇ ਹੀ ਚੱਲਦੇ ਰਹਿਣਗੇ ਅਤੇ ਆਹ ਮੌਕੇ 'ਤੇ ਇੱਥੇ ਦੋ ਬੈਟਰੀਆਂ ਰੱਖੀਆਂ ਹੋਈਆਂ ਨੇ ਇਹਨੂੰ ਫਿਊਚਰ ਆਪਾਂ ਵੱਡੀ ਬੈਟਰੀ ਲੈ ਕੇ ਇੱਥੇ ਰੱਖ ਦਾਂਗੇ ਠੀਕ ਹੈ ਫਿਰ ਇਹ ਡਾਇਰੈਕਟ ਵੱਡੀ ਬੈਟਰੀ 'ਤੇ ਚੱਲਦਾ ਰਹੂਗਾ ਬਾਕੀ ਠੀਕ ਆ ਓਵਰਆਲ ਜਿਹਾ ਮੌਕੇ ਦੀ ਰਿਪੋਰਟ ਹੈ ਅਤੇ ਇੱਧਰ ਆ ਖਲਾਰਾ ਜਿਹੜਾ ਇਹ ਆਪਾਂ ਸਵੇਰੇ ਸਾਂਭਦੇ ਹਾਂ ਥੱਲੋਂ ਵਾਇਰਿੰਗ ਵਗੈਰਾ ਕਰਨੀ ਹੋਵੇ ਸਵੇਰੇ ਕਰਦਾ ਅਤੇ ਨਾਲੇ ਸਵੇਰੇ ਆਪਣਾ ਸਵਰਾਜ ਕਰਦੇ ਹਾਂ ਤਿਆਰ ਵੈਸੇ ਤਾਂ ਆਪਾਂ ਬੈਟਰੀ ਵੀ ਟੈਸਟ ਕਰਨੀ ਸੀ ਇਸ ਟਰੈਕਟਰ 'ਤੇ ਪਰ ਹੁਣ ਮੌਕੇ 'ਤੇ ਨਾ ਲੇਟ ਬਹੁਤ ਹੋ ਗਏ ਹਾਂ ਅਤੇ ਇਸ ਕਰਕੇ ਆਪਾਂ ਸੌਂਦੇ ਹਾਂ ਹੁਣ ਸਵੇਰੇ ਕਰਾਂਗੇ ਜੋ ਕਰਨਾ ਠੀਕ ਹੈ ਚਲੋ ਫਿਰ ਮੁੰਡਿਓ ਆਹ ਵਲੋਗ ਮੈਂ ਕਰਦਾ ਇੱਥੇ ਐਂਡ ਅਤੇ ਸਵੇਰ ਤੋਂ ਦੇਖਦੇ ਹਾਂ ਆਪਾਂ ਪ੍ਰਿੰਟਰ ਵੀ ਚਲਾਉਂਦੇ ਹਾਂ ਆਪਣੇ ਅਤੇ ਬਾਹਰ ਵਾਲੇ ਸੈਟਅਪ 'ਤੇ ਵੀ ਕਰਦੇ ਹਾਂ ਕੰਮ ਠੀਕ ਹੈ ਚਲੋ ਓਕੇ ਬਾਏ ਟਾਟਾ।